ਅਗਲੀ ਵੱਡੀ ਖਬਰ ਜੁੜੀ ਹੋਈ ਹੈ। 1 ਜੁਲਾਈ ਤੋਂ ਦੇਸ਼ ਦੇ ਵਿੱਚ ਨਵਾਂ ਕ੍ਰਿਮੀਨਲ ਲਾਅ ਲਾਗੂ ਹੋਵੇਗਾ। IPC ਦੀ ਥਾਂ ਲਵੇਗਾ BNSS, CRPC ਦੀ ਥਾਂ BNSS ਲਾਗੂ ਹੋਵੇਗਾ। ਕਤਲ ਦੇ ਲਈ 302 ਦੀ ਥਾਂ ਹੁਣ 101 ਧਾਰਾ ਲੱਗੇਗੀ। ਇਰਾਦਾ ਕਤਲ ਦੇ ਲਈ 307 ਦੀ ਥਾਂ 109 ਧਾਰਾ ਲੱਗੇਗੀ। ਰੇਪ ਦੇ ਕੇਸ ਦੇ ਵਿੱਚ 376 ਦੀ ਥਾਂ ਧਾਰਾ 63 ਲੱਗੇਗੀ। ਠੱਗੀ ਦੇ ਕੇਸ ਦੇ ਵਿੱਚ 420 ਦੀ ਥਾਂ 'ਤੇ ਧਾਰਾ ਹੁਣ 316 ਹੋਵੇਗੀ। ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਨਵਾਂ ਹਿੱਟ ਐਂਡ ਰਨ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਵੇਗਾ। ਇਹ ਵੀ ਵੱਡੀ ਖਬਰ ਹੈ, ਕਿਉਂਕਿ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਟਰਾਂਸਪੋਰਟਰਾਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀਗਾ। ਪਿਛਲੇ ਦਿਨਾਂ ਦੇ ਦੌਰਾਨ ਦੇਸ਼ ਭਰ ਦੇ ਵਿੱਚ ਵੱਡੀ ਹੜਤਾਲ ਵੀ ਕੀਤੀ ਗਈ, ਅਤੇ ਇਸ ਦੇ ਚੱਲਦਿਆਂ ਫਿਲਹਾਲ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ। ਪਰ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ 1 ਜੁਲਾਈ ਤੋਂ ਦੇਸ਼ ਦੇ ਵਿੱਚ ਨਵਾਂ ਕ੍ਰਿਮੀਨਲ ਲਾਅ ਲਾਗੂ ਹੋ ਜਾਵੇਗਾ। ਯਾਨੀ ਕਿ IPC ਦੀ ਥਾਂ ਲਵੇਗਾ BNS, CRPC ਦੀ ਥਾਂ BNSS ਹੋਵੇਗਾ ਲਾਗੂ। ਕਤਲ ਦੇ ਲਈ 302 ਦੀ ਥਾਂ ਹੁਣ 101 ਧਾਰਾ ਲੱਗੇਗੀ, ਕਿਉਂਕਿ ਆਮ ਤੌਰ 'ਤੇ ਜੋ ਕਤਲ ਦੀ ਧਾਰਾ, ਇਰਾਦਾ ਕਤਲ ਦੀ ਧਾਰਾ, ਇਹ ਆਮ ਤੌਰ 'ਤੇ ਜਿਹੜੀਆਂ ਧਾਰਾਵਾਂ ਨੇ, ਆਮ ਲੋਕਾਂ ਨੂੰ ਵੀ ਇਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਸੀ। ਕਿਤੇ ਨਾ ਕਿਤੇ ਜ਼ਬਾਨ 'ਤੇ ਧਾਰਾਵਾਂ ਚੜੀਆਂ ਹੋਈਆਂ ਸਨ ਕਿ ਇਰਾਦਾ ਕਤਲ 'ਤੇ ਕਿਹੜੀ ਧਾਰਾ ਲੱਗਦੀ ਹੈ, ਕਤਲ ਦੀ ਕਿਹੜੀ ਧਾਰਾ ਲੱਗਦੀ ਹੈ। ਪਰ ਇਸ ਦੇ ਵਿੱਚ 1 ਜੁਲਾਈ ਤੋਂ ਯਾਨੀ ਕਿ ਵੱਡਾ ਬਦਲਾਅ ਹੋਣ ਜਾ ਰਿਹਾ। ਹੁਣ ਕਤਲ ਦੇ ਲਈ 302 ਦੀ ਥਾਂ 101 ਧਾਰਾ ਲੱਗੇਗੀ, ਇਰਾਦਾ ਕਤਲ ਦੇ ਲਈ 307 ਦੀ ਥਾਂ 109 ਧਾਰਾ ਲੱਗੇਗੀ, ਰੇਪ ਦੇ ਕੇਸ ਦੇ ਵਿੱਚ 376 ਦੀ ਥਾਂ ਧਾਰਾ 63 ਲੱਗੇਗੀ, ਠੱਗੀ ਦੇ ਕੇਸ ਦੇ ਵਿੱਚ ਜਿੱਥੇ ਕਿ ਪਹਿਲਾਂ 420 ਦੀ ਧਾਰਾ ਲੱਗਦੀ ਸੀ, ਹੁਣ 420 ਦੀ ਥਾਂ ਧਾਰਾ 316 ਹੋਵੇਗੀ। ਉੱਥੇ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਪਰ ਨਾਲ ਇਹ ਵੀ ਵੱਡੀ ਖਬਰ ਹੈ ਕਿ ਨਵਾਂ ਹਿੱਟ ਐਂਡ ਰਨ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਵੇਗਾ।